ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜਿਹੜੀ ਕਾਂਗਰਸ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕ ਤੋਪਾਂ ਚੜਵਾ ਸਕਦੀ ਹੈ, ਉਸ ਵਾਸਤੇ ਕਿਸੇ ਸਿੱਖ ਦੀ ਪੱਗੜੀ ਉਤਾਰਨਾ ਕੋਈ ਵੱਡੀ ਗੱਲ ਨਹੀਂ। ਬੜੀ ਸ਼ਰਮ ਦੀ ਗੱਲ ਹੈ, ਜਿਵੇਂ ਗੁਰਸਿੱਖ ਦੇ ਉਹਨਾਂ ਨੇ ਪੱਗ ਲਾਈ, ਉਹਨਾਂ ਦੇ ਬਾਲਾਂ ਦੀ ਬੇਅਦਬੀ ਕੀਤੀ। ਆ ਕਾਂਗਰਸ ਦੀ ਸੋਚ ਹੀ ਹੈ ਜੀ ਇਹ। ਤੁਸੀਂ ਦੇਖੋ, ਜਿਹੜੀ ਪਾਰਟੀ ਟੈਂਕਾਂ ਤੋਪਾਂ ਨਾਲ ਗੁਰੂ ਘਰ 'ਤੇ ਹਮਲਾ ਕਰ ਸਕਦੀ ਹੈ, ਅਤੇ ਆ ਤਾਂ ਇਹਨਾਂ ਵਾਸਤੇ ਕੁਛ ਵੀ ਨਹੀਂ ਹੈ। ਸਾਡੇ ਸਿੱਖਾਂ ਦਾ ਦਿੱਲੀ ਤੇ ਹੋਰ ਸੂਬਿਆਂ 'ਚ ਕਤਲੇਆਮ ਕੀਤਾ ਗਿਆ, ਗਲਾਂ 'ਚ ਟਾਇਰ ਪਾ ਕੇ ਸਾੜੇ ਗਏ। ਬੇਅੰਤ ਸਿੰਘ ਇੱਥੇ ਮੁੱਖ ਮੰਤਰੀ ਬਣਿਆ ਕਾਂਗਰਸ ਦਾ। ਉਹ ਕਾਂਗਰਸੀ ਟੈਂਕਾਂ ਤੋਪਣ ਦਰਬਾਰ ਸਾਹਿਬ ਢਾਉਣ ਵਾਲੇ, ਹਜ਼ਾਰਾਂ ਸਿੱਖ ਭੈਣ ਭਰਾਵਾਂ ਨੇ ਕਤਲ ਕਰਨ ਵਾਲੇ, ਹਜ਼ਾਰਾਂ ਗੁਰੂ ਘਰਾਂ ਨੂੰ ਅੱਗ ਲਾਉਣ ਵਾਲੇ, ਉਹ ਆਪਣੇ ਆਪ ਨੂੰ ਪੰਥ ਕਹਿੰਦੇ ਆ ਜਾਣ ਕੇ। ਸਭ ਤੋਂ ਵੱਧ ਆਪਣੇ ਕੌਮ ਦਾ ਨੁਕਸਾਨ ਕਾਂਗਰਸ ਨੇ ਕੀਤਾ, ਜਿਹਨੇ ਆਪਣੇ ਭੈਣ ਭਰਾਵਾਂ ਨੂੰ ਮਾਰਿਆ, ਟੈਂਕਾਂ ਦੇ ਹਮਲੇ ਕੀਤੇ, ਗੁਰੂ ਘਰਾਂ ਨੂੰ ਅੱਗ ਲਾਈ, ਤੇ ਕੱਲਾ ਪੰਜਾਬ 'ਚ ਹੀ ਹੈ ਜਿੱਥੇ ਕਾਂਗਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਇਹ ਗੱਲ ਕਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਜੋ ਕਿ ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਏਆਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਸਨ। ਬੀਤੇ ਦਿਨ ਮੁੱਲਾਪੁਰ ਦਾਖਾ ਦੇ ਹੀ ਪਿੰਡ ਬੱਦੋਵਾਲ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇੱਕ ਗੁਰਸਿੱਖ ਨੌਜਵਾਨ ਤੇ ਹੱਥ ਚੱਕਣ, ਉਸਦੇ ਥੱਪੜ ਮਾਰਨ ਤੇ ਪੱਤਰਕਾਰਾਂ ਨੂੰ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਨੇ ਰੱਜ ਕੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ। ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਵੀ ਧਾਰਮਿਕ ਮੰਚ ਤੇ ਘਟੀਆ ਸਿਆਸਤ ਕਰਨ ਦਾ ਵੀ ਕਾਂਗਰਸ ਤੇ ਇਲਜ਼ਾਮ ਲਗਾਇਆ, ਅਤੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਬਣਨ ਤੋਂ 3 ਮਹੀਨੇ ਬਾਅਦ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ। ਉਹਨਾਂ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ। ਅਜਿਹੇ ਵਿੱਚ ਜਿਹਨਾਂ ਨੂੰ ਸਿੱਖ ਮਰਿਆਦਾ ਬਾਰੇ ਨਹੀਂ ਪਤਾ, ਉਹ ਕਿੱਦਾਂ ਅਕਾਲੀ ਦਲ ਦੇ ਕੰਮ ਵਿੱਚ ਰੁਕਾਵਟ ਪੈਦਾ ਕਰ ਸਕਦੇ ਨੇ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਵੀ ਹਮਲਾ ਬੋਲਦਿਆਂ ਹੋਇਆਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ਵਿੱਚ ਕਿਤੇ ਵੀ ਨਹੀਂ ਦਿਖਦੀ। ਸੁਖਬੀਰ ਬਾਦਲ ਨੇ ਮਨਪ੍ਰੀਤ ਏਆਲੀ ਦੀ ਜਿੱਤ ਦਾ ਦਾਅਵਾ ਕਰਦਿਆਂ ਹੋਇਆਂ ਕਿਹਾ ਕਿ 2022 ਦੇ ਵਿੱਚ ਅਕਾਲੀ ਦਲ ਸਰਕਾਰ ਬਣਾਉਣ ਜਾ ਰਿਹਾ ਹੈ, ਜਿਸ ਤੋਂ ਬਾਅਦ ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ ਨੋਟਾਂ ਦੇ ਟਰੱਕ ਭੇਜ ਕੇ ਵਿਕਾਸ ਕਾਰਜ ਕੀਤੇ ਜਾਣਗੇ। ਸਰਕਾਰਾਂ ਆਉਣੀਆਂ, ਸਰਕਾਰਾਂ ਚਲੀਆਂ ਜਾਂਦੀਆਂ। ਕੋਈ ਸਰਕਾਰਾਂ ਨੂੰ ਲੋਕ ਯਾਦ ਕਰਦੇ ਆ, ਕਿਸੇ ਸਰਕਾਰਾਂ ਨੂੰ ਬੋਲਣਾ। ਤੁਹਾਡੇ ਕੋਲ ਇੱਕ ਤਾਕਤ ਹੈ, ਜਿਹੜੀ ਤਾਕਤ ਆਪਾਂ ਨੂੰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਿਲੀ, ਇੱਕ ਵੋਟ ਦੀ ਤਾਕਤ। ਜਿਹੜੇ ਲੋਕਾਂ ਕੋਲ ਇਹ ਜੀ ਤਾਕਤ ਹੈ, ਜਿਹੜੇ ਤੁਸੀਂ ਇੱਕ ਗਰੀਬ ਨੂੰ ਰਾਜਾ ਬਣਾ ਸਕਦੇ ਹੋ ਤੇ ਰਾਜੇ ਨੂੰ ਸੜਕਾਂ ਤੇ ਤੋਰ ਸਕਦੇ। ਦੁਨੀਆਂ ਵਿੱਚ ਬਹੁਤ ਮੁਲਕ ਹੈ ਜਿੱਥੇ ਕਿਸੇ ਜਨਤਾ ਕੋਲੇ ਉਹ ਤਾਕਤ ਨਹੀਂ। ਸਾਊਦੀ ਅਰੇਬੀਆ ਚਲੇ ਜਾਓ, ਦੁਬਈ ਚਲੇ ਜਾਓ, ਚੀਨ ਚਲੇ ਜਾਓ, ਜੋ ਹੁਕਮਰਾਨ ਆ ਉਹੀ ਹੁਕਮਰਾਨ ਆ, ਕਿਸੇ ਕੋਲੇ ਕੋਈ ਹੱਕ ਨਹੀਂ, ਕੋਈ ਰਾਈਟ ਨਹੀਂ। ਪਰ ਆਪਣੇ ਕੋਲੇ ਐਡਾ ਵੱਡਾ ਹੱਕ ਹੈ, ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਆਪਾਂ ਨੂੰ ਕਿਹਾ ਜਾਂਦਾ ਹੈ। ਪਰ ਫਿਰ ਵੀ ਆਪਾਂ ਜੋ ਫੈਸਲੇ ਲੈਂਦੇ ਹਾਂ, ਆਪਾਂ ਕਿਤੇ ਨਹੀਂ ਵਿਚਾਰਦੇ ਕਿ ਬੰਦਾ ਕਿਹੜਾ ਚੰਗਾ, ਪਾਰਟੀ ਕਿਹੜੀ ਚੰਗੀ ਹੈ, ਪਿਛੋਕੜ ਕੀ ਹੈ।
ਤਕਰੀਬਨ 70 ਸਾਲ ਹੋ ਗਏ ਆਪਣੇ ਦੇਸ਼ ਨੂੰ ਆਜ਼ਾਦ ਹੋਏ। ਸਾਰੀਆਂ ਪਾਰਟੀਆਂ ਨੂੰ ਆਪਾਂ ਦੇਖ ਲਿਆ, ਉਹਨਾਂ ਦੇ ਪਿਛੋਕੜ ਵੀ ਜਾਣਦੇ, ਉਹਨਾਂ ਦੇ ਲੀਡਰਾਂ ਨੂੰ ਵੀ ਜਾਣਦੇ। ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਹੈ, ਤਕਰੀਬਨ 120 ਸਾਲ ਪੁਰਾਣੀ ਪਾਰਟੀ ਹੈ, ਤੇ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਹਿੰਦੁਸਤਾਨ 'ਚ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਹਦੇ ਅਗਲੇ ਸਾਲ 100 ਸਾਲ ਪੂਰੀ ਹੋ ਜਾਣੇ ਹੈ। ਭਾਵੇਂ ਭਾਰਤੀ ਜਨਤਾ ਪਾਰਟੀ ਹੈ, ਭਾਵੇਂ ਇਨੈਲੋ ਹੈ, ਭਾਵੇਂ ਮੁਲਾਇਮ ਸਿੰਘ ਦੀ ਹੈ, ਭਾਵੇਂ ਲਾਲੂ ਦੀ ਪਾਰਟੀ ਹੈ, ਭਾਵੇਂ ਅੰਨਾ ਡੀਐਮਕੇ ਹੈ, ਕੋਈ 40 ਸਾਲ ਪੁਰਾਣੀ ਹੈ, ਕੋਈ 50 ਸਾਲ ਪੁਰਾਣੀ ਹੈ, ਆਪਣੇ ਨੇੜੇ ਤੇੜੇ ਕੋਈ ਪੁਰਾਣੀ ਨਹੀਂ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਸੰਘਰਸ਼ ਆਪਣੇ ਵਰਕਰਾਂ ਨੇ ਕੀਤਾ। ਦੇਸ਼ ਆਜ਼ਾਦ ਹੋਣ ਵਾਸਤੇ ਫਾਂਸੀ ਅੰਗਰੇਜ਼ਾਂ ਨੇ ਆਪਣੇ ਬਹਾਦਰ ਸੂਰਮਿਆਂ ਨੂੰ ਚੜਿਆ। ਜਦੋਂ ਦੇਸ਼ ਆਜ਼ਾਦ ਹੋਇਆ, ਸਭ ਤੋਂ ਵੱਧ ਨੁਕਸਾਨ ਆਪਣੇ ਪੰਜਾਬੀਆਂ ਨੂੰ ਹੋਇਆ। ਕੋਈ ਤਾਮਿਲਨਾਡੂ ਵਾਲੇ ਨੂੰ, ਕਰਨਾਟਕ ਵਾਲਿਆਂ ਨੂੰ, ਮਹਾਰਾਸ਼ਟਰ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ, ਉੱਥੇ ਕਿਹੜੀਆਂ ਕੋਈ ਜੰਗਾਂ ਲੱਗੀਆਂ ਸੀ। ਆਪਾਂ ਹਜ਼ਾਰਾਂ ਲੋਕ ਬੇਘਰ ਹੋ ਗਏ, ਪਿਛੜ ਗਏ, ਪਰਿਵਾਰ ਉੱਜੜ ਗਏ। ਦੇਸ਼ ਦੀ ਆਜ਼ਾਦੀ ਦੇ ਬਾਅਦ ਜਿੰਨੀਆਂ ਵੀ ਜੰਗਾਂ ਹੋਈਆਂ, ਪਾਕਿਸਤਾਨ ਦਾ ਬੰਬ ਆਪਣੀ ਧਰਤੀ ਤੇ ਡਿੱਗਦੇ ਰਹੇ। ਸ਼੍ਰੋਮਣੀ ਅਕਾਲੀ ਦਲ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ, ਪੰਜਾਬੀਆਂ ਦੀ ਪਾਰਟੀ ਹੈ। ਤੁਸੀਂ ਜੇ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ, ਜਿਹੜੀ ਖੇਤਰੀਆਂ ਪਾਰਟੀ ਹੁੰਦੀਆਂ ਉਹੀ ਖੇਤਰ ਦੀ ਗੱਲ ਜ਼ਿਆਦਾ ਕਰਦੀਆਂ, ਜਿਹੜੀਆਂ ਸੈਂਟਰ ਦੀ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਡਰ ਲੱਗਿਆ ਰਹਿੰਦਾ ਕਿ ਨਾਲ ਦੇ ਸੂਬੇ ਨੂੰ ਅਸੀਂ ਆਹ ਨਾ ਕਰ ਲਈਏ, ਦੂਜਾ ਕੁਛ ਕਹਿ ਨਾ ਸਕੀਏ। ਸਾਡੇ ਵਾਸਤੇ ਅਸੀਂ ਮਰਨਾ ਜਿਉਣਾ ਪੰਜਾਬ ਵਾਸਤੇ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਜਿੱਥੇ ਵੀ ਆਪਣੇ ਭੈਣ ਭਰਾ ਦੁਨੀਆਂ 'ਚ ਵਸੇ ਹੈ ਉਹਨਾਂ ਦੀ ਆਵਾਜ਼ ਲੜਾਈ ਸ਼੍ਰੋਮਣੀ ਅਕਾਲੀ ਦਲ ਲੜਾਉਂਦੀ ਹੈ। ਤੁਸੀਂ ਦੇਖ ਲਓ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ 'ਚ ਰਾਜ ਹੈ ਕਿੰਨੀ ਤਰੱਕੀ ਹੋਈ ਹੈ। ਜਿੰਨੇ ਵੀ ਏਅਰਪੋਰਟ ਪੰਜਾਬ 'ਚ ਬਣੇ ਹੈ, ਦੇਖੋ ਪੰਜਾਬ ਕੋਈ ਸਮੁੰਦਰ ਦੇ ਕੰਢੇ ਤਾਂ ਹੈ ਨਹੀਂ, ਕਿਉਂਕਿ ਸੂਬੇ ਉਹ ਤਰੱਕੀ ਕਰਦੇ ਜਿਹੜੇ ਸਮੁੰਦਰ ਦੇ ਨਾਲ ਹੋਣ, ਕਿਉਂਕਿ ਟ੍ਰੇਡ ਵੱਧਦਾ ਹੈ, ਇੰਡਸਟਰੀ ਜ਼ਿਆਦਾ ਲੱਗਦੀ ਹੈ। ਪਰ ਆਪਾਂ ਜਮ੍ਹਾਂ ਉੱਤੇ ਹਾਂ, ਸਮੁੰਦਰ ਨੇੜੇ ਤੇੜੇ ਨਹੀਂ। ਸਾਡੀ ਸੋਚ ਸੀ ਦੁਨੀਆ ਨਾਲ ਕਿਵੇਂ ਜੋੜੀਏ, ਫਿਰ ਆਪਣੇ ਕੋਲ ਇੱਕੋ ਇਲਾਜ ਏਅਰਪੋਰਟ ਸੀ। ਜਿੰਨੇ ਵੀ ਏਅਰਪੋਰਟ ਬਣੇ ਆ, ਭਾਵੇਂ ਅੰਮ੍ਰਿਤਸਰ ਏਅਰਪੋਰਟ ਆ, ਭਾਵੇਂ ਮੋਹਾਲੀ ਏਅਰਪੋਰਟ ਹੈ, ਭਾਵੇਂ ਬਠਿੰਡਾ, ਭਾਵੇਂ ਆਦਮਪੁਰ, ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰਾਂ ਨੇ ਬਣਾਇਆ, ਇੱਕ ਵੀ ਨਿਸ਼ਾਨੀ ਕਾਂਗਰਸ ਦੀ। ਭਾਖੜਾ ਡੈਮ ਤੋਂ ਬਗੈਰ ਜਿੰਨੇ ਵੀ ਡੈਮ ਬਣੇ ਆ ਪੰਜਾਬ 'ਚ ਬਾਦਲ ਸਾਹਿਬ ਨੇ ਬਣਾਏ ਆ, ਜਿੰਨੇ ਵੀ ਥਰਮਲ ਪਲਾਂਟ ਬਣਾਏ ਆ ਬਾਦਲ ਸਾਹਿਬ ਨੇ ਬਣਾਏ ਆ, ਇੱਕ ਵੀ ਨਿਸ਼ਾਨੀ ਤਾਂ ਹੋਈ ਕਾਂਗਰਸ ਦੀ? ਇੱਕ ਵੀ ਗੱਲ ਹੋਏਗੀ ਆ ਕੈਪਟਨ ਨੇ ਬਣਾਇਆ ਜਾਂ ਦਰਬਾਰਾ ਸਿੰਘ ਨੇ ਬਣਾਇਆ ਜਾਂ ਬੇਅੰਤ ਸਿੰਘ ਨੇ ਬਣਾਇਆ, ਕੋਈ ਨਿਸ਼ਾਨੀ ਤੁਹਾਨੂੰ ਯਾਦ ਹੋ? ਆ ਜਿੰਨੀਆਂ ਵੀ 4 ਤੇ 6 ਲੇਨ ਦੀਆਂ ਸੜਕਾਂ ਪੰਜਾਬ ਦੇ ਵਿੱਚ ਤੁਸੀਂ ਯਾਦ ਕਰੋ, ਆ ਜਿਹੜੀ ਸੜਕਾਂ ਲੁਧਿਆਣੇ ਤੋਂ ਮੋਗਾ ਪਹਿਲੇ ਜਾਂਦੇ ਸੀ, ਰਾਤ ਨੂੰ ਡਰ ਲੱਗਦਾ ਸੀ, ਹਰ ਰੋਜ਼ ਕੋਈ ਨਾ ਕੋਈ ਗੱਡੀ ਪਲਟੀ ਹੁੰਦੀ ਸੀ, ਐਕਸੀਡੈਂਟ ਹੁੰਦੇ ਸੀ, ਤੇ ਅੱਜ ਦੇਖੋ ਕਿੰਨੀਆਂ ਜਾਨਾਂ ਬਚਾਤੀਆਂ ਤੁਹਾਡੀ ਪਾਰਟੀ ਨੇ। ਇਹ ਸੜਕਾਂ ਦੀ ਜਾਲ ਪੂਰੇ ਪੰਜਾਬ ਪਿਛਾ ਵੀ ਕੋਈ ਸੋਚ ਨਹੀਂ ਸਕਦਾ ਸੀ, ਜਦੋਂ ਅਸੀਂ ਕਿਹਾ ਸੀ ਸੜਕਾਂ ਦਾ 4 ਤੇ 6 ਲੇਨ ਦੀਆਂ ਮਨ
ਜਾਲ ਬਿਠਾ ਦੂ। ਅੱਜ ਦੇਖੋ ਸਾਰਾ ਕੰਮ ਆਪਾਂ ਹੀ ਸ਼ੁਰੂ ਕੀਤਾ ਤੇ ਆਪਾਂ ਮੁੱਖ ਲੁਧਿਆਣੇ ਸ਼ਹਿਰ ਵਿੱਚ ਜਿਹੜਾ ਪੁਲ ਬਣ ਰਿਹਾ ਹੈ, 3 ਮਹੀਨੇ ਰਹਿ ਗਏ ਸੀ ਆਪਣੀ ਸਰਕਾਰ ਨੂੰ। ਮੈਂ ਦਿੱਲੀ ਗਿਆ, ਗੜਬੀ ਤੋਂ 1100 ਕਰੋੜ ਰੁਪਇਆ ਮਨਜ਼ੂਰ ਕਰ ਕੇ ਕੰਮ ਸ਼ੁਰੂ ਕਰਤਾ। ਜੇ ਆਪਣੀ ਸਰਕਾਰ ਆਉਂਦੀ ਹੁਣ ਬਣਾ ਵੀ ਦਿੰਦੇ, ਹੁਣ ਤਾਂ ਇਹਨਾਂ ਨੂੰ ਪਰਵਾਹ ਨੀ, ਰਾਜਨ ਕੋਈ ਫਿਕਰ ਨੀ, ਕੋਈ ਪਰਵਾਹ ਨੀ। ਜਿੰਨੀ ਵੀ ਗਰੀਬ ਕਿਸਾਨ ਮਜ਼ਦੂਰ ਨੂੰ ਸਹੂਲਤਾਂ ਜਿੰਨੀਆਂ ਵੀ ਹੈ, ਇੱਕ ਵੀ ਕਾਂਗਰਸ ਦੀ ਸ਼ੁਰੂਆਤ ਨਹੀਂ ਹੈ, ਇੱਕ ਵੀ ਸਾਰੀਆਂ ਭਾਵੇਂ ਟਿਊਬਲਾਂ ਦੇ ਬਿੱਲ, ਆਟਾ ਦਾਲ, 200 ਗਰੀਬਾਂ ਦੇ ਯੂਨਿਟ, ਬਿਜਲੀ ਦੇ ਮਾਫ, ਸ਼ਗਨ, ਪੈਨਸ਼ਨ ਸਾਰੀਆਂ ਬਾਦਲ ਸਾਹਿਬ ਨੇ ਦਿੱਤੀਆਂ। ਆਹ ਪਿੰਡਾਂ 'ਚ ਫਸਲਾਂ ਤੁਹਾਡੀਆਂ, ਕਣਕ ਤੇ ਝੋਨਾ ਪਹਿਲੇ ਵੱਡੇ ਸ਼ਹਿਰਾਂ 'ਚ ਵਿਕਦਾ ਹੁੰਦਾ ਸੀ, ਪਿੰਡਾਂ 'ਚ ਮੰਡੀਆਂ ਖੋਲੀਆਂ ਬਾਦਲ ਸਾਹਿਬ ਨੇ ਖੋਲੀਆਂ। ਫੋਕਲ ਪੁਆਇੰਟ ਬਾਦਲ ਸਾਹਿਬ ਨੇ, ਟਰੈਕਟਰਾਂ ਤੇ ਟੈਕਸ ਲੱਗਦਾ ਸੀ, ਆ ਟੈਕਸ ਬਾਦਲ ਸਾਹਿਬ ਨੇ ਖਤਮ ਕੀਤਾ। ਕਿ ਜਾਣਦਾ ਗੱਡਾ, ਆ ਤੁਹਾਡੇ ਸਾਈਕਲ ਦਾ ਵੀ ਟੈਕਸ ਲਾਉਂਦੇ ਹੁੰਦੇ ਸੀ ਕਾਂਗਰਸੀ, ਆ ਵੀ ਸਾਈਕਲ ਤੋਂ ਟੈਕਸ ਲਾਇਆ। ਸਾਹ ਪ੍ਰਕਾਸ਼ ਸਿੰਘ ਬਾਦਲ ਤੁਹਾਡੇ ਵਿੱਚੋਂ ਨਿਕਲੇ, ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਸ਼ਹਿਰ ਮੰਡੀ ਨਹੀਂ ਹੋਣੀ ਜਿੱਥੇ ਆਪ ਨਾ ਗਏ ਹੋਣ। ਜਿਹੜਾ ਲੀਡਰ ਤੁਹਾਡੇ ਵਿੱਚੋਂ ਨਿਕਲਿਆ ਹੋਇਆ, ਜਿਹੜੀ ਪਾਰਟੀ ਤੁਹਾਡੇ ਵਿੱਚੋਂ ਨਿਕਲੀ ਹੈ, ਉਹੀ ਤੁਹਾਡੀ ਗੱਲ ਕਰ ਸਕਦੀ ਹੈ, ਦੂਜਿਆਂ ਨੇ ਨਹੀਂ ਕਰਨਾ ਤੁਹਾਡੀ ਗੱਲ। ਆਪਣੇ ਆਪਣੇ ਹੁੰਦੇ ਆ, ਤੁਸੀਂ ਜਾਣਦੇ ਹੋ ਸ਼੍ਰੋਮਣੀ ਅਕਾਲੀ ਦਲ ਨੇ ਕਿਵੇਂ ਸਿੱਖ ਪੰਥ ਦਾ ਵਿਰਸਾ ਸੰਭਾਲ ਕੇ ਕਰੋੜਾਂ ਰੁਪਏ ਸਰਕਾਰ ਦਾ ਲਾ ਕੇ ਆਪਣਾ ਵਿਰਸਾ ਸੰਭਾਲਿਆ। ਵਿਰਾਸਤ ਏ ਖਾਲਸਾ ਜਾ ਕੇ ਦੇਖੋ, ਬਾਦਲ ਸਾਹਿਬ ਨੇ ਜਿਹੜਾ 650 ਕਰੋੜ ਰੁਪਏ ਲਾ ਕੇ ਛੋਟਾ ਘੱਲੂਘਰਾ ਵੱਡੇ ਘੱਲੂਘਰਾ ਦੀ ਯਾਦਗਾਰ ਬਣਾਈ। ਜੇ ਆਪਾਂ ਬੱਚਿਆਂ ਨੂੰ ਪੁੱਛੀਏ, ਛੋਟੇ ਬੱਚਿਆਂ ਨੂੰ ਵੱਡਾ ਘੱਲੂਘਰਾ ਕੀ ਹੈ, ਕਿਸੇ ਨੂੰ ਨਹੀਂ ਪਤਾ। ਵੱਡਾ ਘੱਲੂਘਰਾ ਜਿੱਥੇ ਮੁਗਲਾਂ ਨੇ 30,000 ਸਿੰਘਣੀਆਂ ਨੂੰ ਸ਼ਹੀਦ ਕਰਤਾ ਸੀ, ਜਿਹੜੀਆਂ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ, ਉਹ ਖਤਮ ਹੋ ਜਾਂਦੀਆਂ। ਇਤਿਹਾਸ ਨੂੰ ਜਾਗਰਣ ਯਾਦ ਰੱਖਣ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀਆਂ ਚੀਜ਼ਾਂ ਕੀਤੀਆਂ। ਪ੍ਰਕਾਸ਼ ਸਿੰਘ ਜੀ ਬਾਦਲ ਇਕੱਲੇ ਮੁੱਖ ਮੰਤਰੀ ਆ ਪੰਜਾਬ ਦੇ, ਜਿਹੜੇ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਮਨਾਉਂਦੇ ਸੀ ਜਾ ਕੇ, ਜਿਹਨੇ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਕਰੋੜਾਂ ਰੁਪਏ ਲਾ ਕੇ ਸਜਾਏ। ਉਹਨਾਂ ਨੇ ਦੁਰਗਿਆਣਾ ਮੰਦਿਰ ਜਾ ਕੇ ਦੇਖੋ, 200 ਕਰੋੜ ਰੁਪਏ ਲਾ ਕੇ ਸਜਾਇਆ। ਭਗਵਾਨ ਵਾਲਮੀਕਿ ਦੇ ਰਾਮ ਤੀਰ ਜਾ ਕੇ ਦੇਖੋ, ਕਲਾਰਗੜ ਜਾ ਕੇ ਦੇਖੋ, ਸਾਰੀ ਚੀਜ਼ਾਂ ਬਾਦਲ ਸਾਹਿਬ। ਕੈਪਟਨ ਇਹਨਾਂ ਕਾਂਗਰਸ ਦਾ ਮੁੱਖ ਮੰਤਰੀ ਹੈ, ਤੁਸੀਂ ਦੇਖ ਲਓ। ਮੁੱਖ ਮੰਤਰੀ ਬਣਿਆ, ਜੋ ਵੀ ਪੰਜਾਬ ਦਾ ਮੁੱਖ ਮੰਤਰੀ ਬਣੇ, ਸਭ ਤੋਂ ਪਹਿਲੇ ਕੰਮ ਕਰਦਾ, ਅੱਜ ਜੇ ਸਹੁੰ ਚੁੱਕੀ ਹੈ, ਸ਼ਾਮ ਨੂੰ ਅੰਮ੍ਰਿਤਸਰ ਪਹੁੰਚ ਜਾਂਦਾ, ਅਗਲੇ ਦਿਨ ਗੁਰੂ ਘਰ ਜਾ ਕੇ ਮੱਥਾ ਟੇਕਦਾ, ਆਸ਼ੀਰਵਾਦ ਲੈਂਦਾ ਕਿ ਮੈਂ ਨਵੀਂ ਸਰਕਾਰ ਚਲਾਉਣ ਲੱਗਿਆ, ਪ੍ਰਮਾਤਮਾ ਮੈਨੂੰ ਆਸ਼ੀਰਵਾਦ ਦਿਓ, ਮੇਰੇ ਸਿਰ ਤੇ ਹੱਥ ਰੱਖੋ। ਕੈਪਟਨ ਤਾਂ ਗਿਆ ਹੀ ਨਹੀਂ, ਸਰਕਾਰ ਬਣਾ ਲਈ, 3 ਮਹੀਨੇ 3.5 ਮਹੀਨੇ ਡੱਬ ਕੇ ਹੋਏ। ਲੋਕੀ ਕਹਿਣ ਲੱਗੇ ਯਾਰ ਘੱਟ ਘੱਟ ਉੱਥੇ ਜਾਇਆ, 5 ਮਿੰਟ ਵਾਸਤੇ ਗਿਆ ਤੇ ਉਹ ਦਿੰਦੇ ਅੱਜ ਦਾ ਦਿਨ। ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 5 ਵਾਰ ਰਹੇ, 25 ਸਾਲ ਰਹੇ ਹੈ ਮੁੱਖ ਮੰਤਰੀ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਲਗਾਤਾਰ ਹੁੰਦਾ ਸੀ, ਸਵੇਰੇ ਅਰਦਾਸ ਕਰਕੇ ਬਾਦਲ ਸਾਹਿਬ ਆਪ ਚੱਲ ਤੇ ਕੰਮ ਸ਼ੁਰੂ ਕਰਦੇ ਸੀ। ਪੁੱਛੋ ਕਾਂਗਰਸੀਆਂ ਨੂੰ ਵੀ ਮੁੱਖ ਮੰਤਰੀ ਨਿਵਾਸ ਮਹਾਰਾਜ ਦਾ ਪ੍ਰਕਾਸ਼ ਹੈ ਕਿ ਨਹੀਂ, ਤੇ ਗੱਲ ਕਰਦੇ ਆ ਪੰਥ ਦੀ ਕਿ ਸਭ ਤੋਂ ਵੱਡਾ ਪੰਥ ਹੈ ਹੀ ਨਹੀਂ। 500 ਸਾਢੇ 500 ਸਾਲਾਂ
ਅਸੀਂ ਮਨਾਉਣਾ। ਉਹ ਕਾਂਗਰਸੀ ਟੈਂਕਾਂ ਤੋਪਣਾ ਦਰਬਾਰ ਸਾਹਿਬ ਧੋਣ ਵਾਲੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੇ ਕਤਲ ਕਰਨ ਵਾਲੇ ਹਜ਼ਾਰਾਂ ਗੁਰੂ ਘਰਾਂ ਨੂੰ ਅੱਗ ਲਾਉਣ ਵਾਲੇ ਉਹ ਆਪਣੇ ਆਪ ਨੂੰ ਪੰਥ ਕਹਿੰਦੇ ਆ, ਜਾਣ ਕੇ ਤੋੜਨਾ ਚਾਹੁੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ, ਆ ਕੋਈ ਬਾਦਲ ਪਰਿਵਾਰ ਦੀ ਜਾਇਦਾਦ ਨਹੀਂ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਾਇਦਾਦ ਨਹੀਂ। 100 ਸਾਲ ਪੁਰਾਣੀ ਸੰਸਥਾ, ਤੁਹਾਡੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਦੇ ਕੇ ਬਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਬ ਅਸੈਂਬਲੀ ਵਾਂਗੂ ਹਰ 5 ਸਾਲ ਇਲੈਕਸ਼ਨ ਹੁੰਦਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਲੈਕਸ਼ਨ ਕਰਾਉਂਦਾ, ਕੋਈ ਬਾਦਲ ਪਰਿਵਾਰ ਨਹੀਂ ਕਰਾਉਂਦਾ ਜਾਂ ਬਾਦਲ ਪਰਿਵਾਰ ਵੋਟ ਨਹੀਂ ਪਾਉਂਦਾ। ਇਲੈਕਸ਼ਨ ਪੰਜਾਬ ਸਰਕਾਰ ਦੇ ਥੱਲੇ ਹੁੰਦਾ, ਵੋਟਾਂ ਡੀਸੀ ਐਸਡੀਐਮ ਬਣਾਉਂਦੇ ਆ, ਵੋਟਾਂ ਉਮੀਦਵਾਰ ਕੋਈ ਮਰਜ਼ੀ ਖੜ ਸਕਦਾ। ਪਰ ਹਰ ਵਾਰ ਕੌਮ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਕਿਉਂ ਜਿਤਾਉਂਦੀ ਆ? ਕਾਂਗਰਸੀ ਹਰ ਵਾਰ ਇਲੈਕਸ਼ਨ ਲੜਦੇ ਆ ਸਿੱਧੇ ਸਿੱਧੇ ਚੀਜ਼ਾਂ ਤੇ, ਹੁਣ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਮ ਨਾ ਕਰਨਾ ਚਾਹੀਦਾ। ਸਾਡਾ ਕੰਮ ਹੈ ਗੁਰੂ ਘਰ ਦੀ ਸੇਵਾ ਸੰਭਾਲਣਾ। ਗੁਰੂ ਆਪਾਂ ਖੁਸ਼ਕਿਸਮਤ ਆ ਕਿ ਆਪਣੀ ਜ਼ਿੰਦਗੀ ਵੀ 550 ਸਾਲ ਆਪਣੀ ਵੱਡੀ ਸ਼ਤਾਬਦੀ ਆ ਰਹੀ ਹੈ, ਮੱਥਾ ਟੇਕਣ ਤੇ ਜਾਂਦੇ ਨਹੀਂ, ਘਰੇ ਦੇ ਮਾਰਨ ਦਾ ਪ੍ਰਕਾਸ਼ ਹੈ ਨਹੀਂ ਤੇ ਕਹਿੰਦੇ ਅਸੀਂ ਸੈਲੀਬ੍ਰੇਸ਼ਨ ਕਰਾਂਗੇ। ਇਹਨਾਂ ਨੂੰ ਮਰਿਆਦਾ ਦਾ ਪਤਾ, ਇਕੱਲੇ ਡਰਾਮੇ ਕਰਨੇ ਜਿੰਨੇ ਮਰਜ਼ੀ ਕਰਾ ਲਓ, ਕਾਂਗਰਸ ਤੋਂ ਝੂਠ ਬੰਨੋ ਕਰਾ ਲਓ। ਇਸ ਕਰਕੇ ਮੈਂ ਆਈ ਬੇਨਤੀ ਕਰਨ ਆਇਆ ਦਾਖੇ ਵਾਲਿਓ, ਪੰਥਕ ਇਲਾਕਾ ਮਨਪ੍ਰੀਤ ਯਾਲੀ ਨੇ ਜੋ ਕੰਮ ਕੀਤੇ, ਮੈਂ ਕਹਿੰਦਾ 117 MLA ਪੰਜਾਬ ਦੇ ਹੈ। ਮੈਂ ਤਾਂ ਸੋਚਦਾ ਸੀ ਸਭ ਤੋਂ ਵੱਧ ਕੰਮ ਲੰਬੀ ਹਲਕੇ 'ਚ ਬਾਦਲ ਸਾਹਿਬ ਨੇ ਕਰਾਏ ਜਾਂ ਜਲਾਲਾਬਾਦ ਹਲਕੇ 'ਚ ਮੈਂ ਕਰਾਇਆ, ਪਰ ਮੈਂ ਸਾਥੋਂ ਵੀ ਨੰਬਰ ਲੈ ਗਿਆ ਮੇਰਾ ਵੀ। ਯਾਰ ਇਹ ਜੇ ਪਾਰਕ ਬਣਾ ਦੇ, ਸਾਡੀ ਸਰਕਾਰ ਸੀ ਪੰਜਾਬ ਦੇ ਕੋਨੇ ਕੋਨੇ ਤੋਂ MLA ਕਹਿੰਦੇ ਜਿਵੇਂ ਯਾਲੀ ਨੇ ਜਿਮ ਬਣਾਏ ਆ ਉਵੇਂ ਸਾਡੇ ਬਣਾ ਦਿਓ, ਜਿਵੇਂ ਯਾਲੀ ਨੇ ਪਾਰਕ ਬਣਾਏ ਆ ਉਵੇਂ ਸਾਡੇ ਬਣਾ ਲਓ, ਜਿਵੇਂ ਅਲੀ ਨੇ ਪਿੰਡਾਂ ਦਾ ਪਾਣੀ ਦਾ ਨਿਕਾਸੀ ਕੀਤਾ, ਛੱਪੜਾਂ ਦਾ ਸੁਧਾਰ ਕੀਤਾ, ਸਾਡੇ ਬਣਾ ਦਿਓ। ਯਾਰ ਬਗੈਰ ਮੰਤਰੀ ਬਣੇ ਇਹ ਜੇ ਕੰਮ ਕਰਦੇ? ਮੇਰੇ ਨਾਲ ਇਹਦਾ ਭਰਾਵਾਂ ਵਾਂਗੂ ਸੰਬੰਧ ਹੈ, ਇੱਕ ਤਾਂ ਹਿੰਮਤੀ ਬੜਾ, ਇੱਕ ਮਗਰ ਪਿਆ ਰਹਿੰਦਾ। ਅਰੇ ਖੁਰਚ ਖੁਰਚ ਕੇ ਨਾ ਖਜ਼ਾਨੇ ਨੂੰ 400-500 ਕਰੋੜ ਰੁਪਇਆ ਖੁਰਚ ਲਿਆ। ਆਹ 5 ਸਾਲ ਸਰਕਾਰ ਸੀ, ਮੈਨੂੰ ਹਰ ਦੂਜੇ ਤੀਜੇ ਦਿਨ ਹਫ਼ਤੇ ਬਾਅਦ 15 ਦਿਨ ਬਾਅਦ ਮੇਰੇ ਕੋਲ ਆਉਂਦਾ ਜੀ ਇੱਕ ਪਾਰਕ ਬਣਾਉਣਾ, ਮੈਂ ਇੱਕ ਪਾਰਕ ਸਟੇਡੀਅਮ ਬਣਾਇਆ, ਬਸ ਮੈਨੂੰ 2-2.5 ਕਰੋੜ ਰੁਪਇਆ ਦੇ ਦਿਓ। ਚਲੋ ਮੈਂ ਕਿਹਾ ਕੋਈ ਗੱਲ ਨੀ, 2-2.5 ਕਰੋੜ ਮੰਗਿਆ, ਚਲੋ ਚੈੱਕ ਚੈੱਕ ਹੋ ਗਣਾ। ਹਫ਼ਤੇ ਬਾਅਦ ਇੱਕ ਹੋਰ ਬਣਾਉਣਾ, ਭਾਜੀ ਇੱਕ ਜਿਮ ਬਣਾਉਣਾ। ਮੈਂ ਅਖੀਰ ਭਾਈ ਖਾਤਾ ਲੜਿਆ, ਅਖੀਰ ਚ ਮੈਂ ਕਿਹਾ 400 ਕਰੋੜ ਰੁਪਇਆ ਲੈ ਗਿਆ ਇੱਕ ਕਰਦੇ ਕਰਦੇ ਤੋਂ। ਕਈ ਲੀਡਰ ਮੈਂ ਦੇਖੇ MLA ਸੁੱਤੇ ਹੀ ਪਏ ਨੇ, 5 ਸਾਲ ਐਵੇਂ ਟਪਾਲਦੇ ਆ। ਮੇਰੇ ਵੀਰ ਨੇ ਦਿਨ ਰਾਤ ਤੁਹਾਡੀ ਇਹ ਕੰਮ ਕੀਤਾ ਜਿਹਨੇ ਆਪਣੇ ਘਰ ਨੂੰ ਸਜਾਈਦਾ ਹੁੰਦਾ। ਮੈਂ ਦਾਖੇ ਵਾਲੇ ਕੋਈ ਵੀ ਸੜਕ ਤੇ ਜਾਂਦਾ ਨਾ,
ਜਦੋਂ ਪਾਰਕ ਦੇਖ ਲੈਂਦਾ ਕਹਿੰਦਾ ਯਾਰ ਦਾਖਾ ਹਲਕਾ ਹੋਣਾ, ਨਹੀਂ ਤਾਂ ਪਤਾ ਲੱਗਦਾ ਕਿ ਦਾਖਾ ਕਿਹੜਾ, ਦੂਜੇ ਹਲਕੇ ਕਿਹੜੇ, ਰਾਏਕੋਟ ਕਦੋਂ ਪਹੁੰਚੇ। ਜਿਹੜੇ ਹਲਕੇ ਦਾ ਉਮੀਦਵਾਰ ਚੰਗਾ ਹੋਏ, ਮਿਹਨਤੀ ਹੋਏ, ਬੜਾ ਖੁਸ਼ਕਿਸਮਤ ਹਲਕਾ ਹੁੰਦਾ। ਤੁਸੀਂ ਪਿਛਲੇ 70 ਸਾਲ ਦੇ ਐਮ ਐਲ ਏ ਬਣਾ ਰਹੇ ਹੋ, ਦੱਸੋ ਕਿਸੇ ਐਮ ਐਲ ਏ ਦੀ ਕੋਈ ਨਿਸ਼ਾਨੀ ਤੁਹਾਨੂੰ ਯਾਦ ਨਹੀਂ ਆਉਣੀ? ਮਨਪ੍ਰੀਤ ਯਾਲੀ ਦੀ ਨਿਸ਼ਾਨੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਇਕੱਲੇ ਤੁਹਾਨੂੰ ਨਹੀਂ, ਇਕੱਲੇ ਤੁਹਾਨੂੰ ਨਹੀਂ, ਪੰਜਾਬ ਦੇ ਕੋਨੇ ਕੋਨੇ ਦੀ ਗੱਲ ਹੈ ਯਾਰ, ਮਨਪ੍ਰੀਤ ਯਾਲੀ। ਪਿਛਲੀ ਵਾਰ ਮੇਰੇ ਵੀਰ ਨਾਲ ਇਨਸਾਫ ਨਹੀਂ ਹੋਇਆ, ਮੈਂ ਤੁਹਾਨੂੰ ਸਹੀ ਦੱਸਾਂ, ਪੂਰੇ ਪੰਜਾਬ ਚੋਂ ਸਾਨੂੰ ਇੱਕ ਬੰਦਾ ਦੱਸੋ 100% ਸੀ ਮਨਪ੍ਰੀਤ ਯਾਲੀ ਤਾਂ ਜਿੱਤੂਗਾ ਜਿੱਤੂਗਾ, ਪਰ ਇਨਸਾਫ ਨਹੀਂ ਮਿਲਿਆ। ਇੱਕ ਆਪਣੇ ਪੰਜਾਬੀਆਂ ਚ ਇੱਕ ਵੱਡੀ ਬਿਮਾਰੀ ਹੈ, ਆਪਾਂ ਨੂੰ ਕੋਈ ਵੀ ਨਵੀਂ ਚੀਜ਼ ਆ ਜਾਏ ਨਾ ਆਪਾਂ ਮਗਰ ਲੱਗ ਜਾਂਦੇ ਹਾਂ। ਜੇ ਆਈਫੋਨ ਨਵਾਂ ਕੱਢਦੇ ਲੋਕੀ ਨਪਰਾਣਾ ਆਈਫੋਨ ਛੱਡ ਦਿੰਦੇ, ਨਵਾਂ ਖਰੀਦ ਲੈਂਦੇ ਆ, ਕੋਈ ਵੀ ਨਵੀਂ ਚੀਜ਼ ਹੈ। ਅੱਛਾ ਖਰੀਦਦੇ ਵੀ ਨਵੀਂ ਹੈ ਤੇ ਛੱਡਦੇ ਵੀ ਬੜੀ ਚੀਜ਼ ਹੈ, ਇੱਕ ਮਿੰਟ ਚ ਛੱਡ ਦਿੰਦੇ ਜੇ ਪਸੰਦ ਨਾ ਆਏ। ਆ ਟੋਪੀ ਵਾਲੇ ਪਤਾ ਨੀ ਕਿਵੇਂ ਆਏ ਤੁਹਾਡੇ ਇੱਥੇ, ਜੇ ਪਤਾ ਘੁਮੀਰੀ ਵਾਂਗੂ ਇੱਥੇ ਘੁੰਮੀ ਗਏ, ਤੇ ਹੁਣ ਮੈਨੂੰ ਲੱਗਦਾ ਸਾਰੇ ਹੁਣ ਤਾਂ ਬਿਮਾਰੀ ਹਟ ਗਈ ਕਿ ਨਹੀਂ। ਯਾਰ ਕੋਈ ਚੱਜ ਦੀ ਸਪਰੇ ਕਰਦੇ ਹੋ, ਐਕਟੀ ਥੋੜੀ ਮੋਟੀ ਵੀ ਹੈ ਨਾ, ਜਮਾ ਜ਼ਮੀਨ ਤੋਂ ਜੜ੍ਹ ਵੀ ਕੱਢਦੇ ਹੋ ਟੋਪੀਆਂ ਦੀ ਬਿਮਾਰੀ। ਯਾਰ ਮੈਂ ਇੱਕ ਹੋਰ ਗੱਲ ਹੈ ਯਾਰ, ਸਭ ਤੋਂ ਵੱਡਾ ਆਪਣੇ ਕੌਮ ਦਾ ਨੁਕਸਾਨ ਕਾਂਗਰਸ ਨੇ ਕੀਤਾ, ਜਿਹਨੇ ਆਪਣੇ ਭੈਣ ਭਰਾਵਾਂ ਨੂੰ ਮਾਰਿਆ, ਟੈਂਕਾਂ ਦੇ ਹਮਲੇ ਕੀਤੇ, ਗੁਰੂ ਘਰ ਨੂੰ ਅੱਗ ਲਾਈ, ਤੇ ਕੱਲਾ ਪੰਜਾਬ ਚ ਹੀ ਹੈ ਜਿੱਥੇ ਕਾਂਗਰਸ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ? ਸਾਰੇ ਯੂਪੀ ਤੋਂ ਲੈ ਕੇ ਮੱਧ ਪ੍ਰਦੇਸ਼ ਆਪਣੇ ਦੂਜੇ ਸੂਬੇ ਤੋਂ ਲੈ ਕੇ ਸਾਰੇ ਕਾਂਗਰਸ ਦਾ ਵੀਰ ਲੋਕਾਂ, ਉਹਨਾਂ ਨੇ ਖਤਮ ਕਰਤਾ ਜਿਹੜੇ ਇੱਥੇ ਕੰਮ ਕਰਨ ਆਉਂਦੇ ਆ। ਆਪਾਂ ਹਲੇ ਵੀ ਵੀਰ ਰੱਖੀ ਬੈਠੇ ਆ, ਇਹ ਐਤਕੀ ਪੱਕੀ ਸਪਰੇ ਕਰਦੇ ਹੋ। ਆ ਬਾਈ ਇਲੈਕਸ਼ਨ ਖਵਾ ਇੱਕ ਤੂਫਾਨ ਹੈ, ਮੈਂ ਤੁਹਾਨੂੰ ਸਹੀ ਦੱਸਾਂ, ਦਾਖੇ ਹਲਕੇ ਨੇ ਅਗਲੀ ਸਰਕਾਰ ਦਾ ਮੁੱਢ ਵੱਢਣਾ, ਤੂਫਾਨ ਇੱਥੋਂ ਸ਼ੁਰੂ ਹੋਣਾ ਹੈ। ਤੁਸੀਂ ਮੈਨੂੰ ਲੱਗਦਾ 25-30 ਹਜ਼ਾਰ ਉੱਤੇ ਟੱਪੋਗੇ, ਮੇਰਾ ਅਯਾਲੀ ਨਾਲ ਛੱਤ ਲੱਗੀ ਹੈ, ਅਯਾਲੀ ਨਾਲ। ਹੁਣ ਦੇਖ ਲਓ, ਮੈਂ ਅਯਾਲੀ ਨੂੰ ਕਿਹਾ, ਮੈਂ ਕਿਹਾ ਲੜਾਈ ਹੈਗੀ ਜਲਾਲਾਬਾਦ ਤੇ ਦਾਖੇ ਦੀ, ਜੇ ਤੂੰ ਟੱਪ ਗਿਆ ਨਾ ਜਲਾਲਾਬਾਦ ਨੂੰ ਦਾਖੇ ਵਾਲਿਓ, ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਖਾਸ ਦੂੰਗਾ ਤੁਹਾਡੇ ਹਲਕੇ। ਦੇਖ ਲਓ, ਆਹ ਤਾਂ ਬਾਕੀ ਤਾਂ ਦੇਣਾ ਹੀ ਦੇਣਾ, ਆਹ ਗਿਫਟ ਤੋਂ ਨਾਲੇ ਮੈਂ ਤਾਂ ਨਿਕਲਦਾ ਆਪਣੇ ਪਿੰਡ ਦਾ, ਮੈਂ ਲੱਗਦਾ ਤੁਹਾਡੇ ਸਰਪੰਚ ਆਪਣੇ ਪਿੰਡ ਦਾ ਬਣਿਆ, ਸਾਰੀ ਪੰਚਾਇਤ ਹੀ ਆਪਣੀ ਹੈ। ਯਾਰ ਮੈਂ ਤੈਨੂੰ ਹੋਰ ਦੱਸਾਂ, ਆ ਸਰਪੰਚ ਸਾਹਿਬ ਆਇਆ, ਸਰਪੰਚ ਮੈਂ ਤੈਨੂੰ ਇੱਕ ਗੱਲ ਦੱਸਾਂ ਯਾਰ, ਕਾਂਗਰਸੀਆਂ ਤੋਂ ਗ੍ਰਾਂਟ ਲੈਣ ਦੀ ਲੋੜ ਨਹੀਂ, ਵੱਧ ਤੋਂ ਵੱਧ ਕੀ ਕਰਨਗੇ, 1 ਲੱਖ ਦੇ ਦੇਣਗੇ, 2 ਲੱਖ ਦੇ ਦੇਣਗੇ, 4 ਲੱਖ ਦੇ ਦੇਣਗੇ, 2.5 ਸਾਲਾਂ ਬਾਅਦ ਟਰੱਕ ਲਿਆਊਂਗਾ ਵੱਡਾ, ਲੋਕਾਂ ਨੂੰ ਲਾਰੀ ਬੋਰੀ ਦੇ ਨਹੀਂ ਮਾਰੀ, ਲਾਰੀ ਦੇ ਨਹੀਂ ਮਾਰੀ, ਹੋਰ ਕੀ ਆਪਣਾ ਰਾਜ ਹੈ। ਤੁਸੀਂ ਦੇਖੋ ਹੁਣ ਕਹਿੰਦੇ ਖਜ਼ਾਨਾ ਖਾਲੀ ਹੈ, 400-500 ਕਰੋੜ ਤਾਂ ਮੈਂ ਯਾਲੀ ਨੂੰ ਦੇਤਾ ਸੀ ਜਦੋਂ ਮਰਜ਼ੀ, ਅੱਜ ਦਾ ਦਿਮਾਗ ਖਾਲੀ ਹੈ, ਕਾਂਗਰਸੀਆਂ ਦੀ ਨੀਅਤ ਖਾਲੀ ਹੈ, ਖਜ਼ਾਨਾ ਕਿਤੇ ਖਾਲੀ ਹੁੰਦਾ ਸਰਕਾਰਾਂ ਦਾ, ਦਿਲ ਛੋਟੀਆਂ ਲੁੱਟਣ ਤੇ ਲੱਗੀ ਹੈ, ਸਾਰਾ ਨਸ਼ਾ ਵੇਚਣ ਤੇ ਲੱਗੇ ਆ, ਸਾਰਾ ਲੁੱਟਣ ਲੱਗਿਆ। ਕਾਂਗਰਸੀਆਂ ਨੇ ਮਨ ਬਣਾਇਆ ਪਿਆ ਕਿ ਪਿਛਲੀ ਵਾਰ ਕੈਪਟਨ ਸਾਹਿਬ ਮੁੱਖ ਮੰਤਰੀ ਸੀ, 10 ਸਾਲ ਆਪਣੀ ਮਿਆਈ, ਐਕਟੀ ਕੈਪਟਨ ਸਾਹਿਬ ਬਣ ਗਏ, 25-30 ਸਾਲ ਚੱਲੂਗਾ।
ਗੁਰਪਿਆਰਿਓ, ਅਜਿਹੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਹਰ ਸੱਤਾ ਤੇ ਕਾਬਜ਼ ਹੋਣ ਵਾਲੀ ਧਿਰ ਕਰਦੀ ਹੈ ਆਵਾਮ ਦੇ ਨਾਲ, ਪਰ ਉਹਨਾਂ ਵਿੱਚੋਂ ਕਿੰਨੇ ਵਾਅਦੇ ਪੂਰੇ ਕੀਤੇ ਜਾਂਦੇ ਨੇ ਉਹ ਤੁਸੀਂ ਬਾਖੂਬ ਜਾਣਦੇ ਹੋ। ਬੇਸ਼ੱਕ ਗੱਲ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ, ਇਹ ਧਿਰਾਂ ਜਦੋਂ ਵੀ ਸੱਤਾ ਤੇ ਕਾਬਜ਼ ਹੋਈਆਂ ਨੇ, ਇਹਨਾਂ ਨੇ ਸਿਰਫ ਤੇ ਸਿਰਫ ਆਪਣੇ ਉੱਲੂ ਸਿੱਧੇ ਕੀਤੇ ਨੇ ਤੇ ਪੰਜਾਬ ਦੀ ਆਵਾਮ ਉੱਤੇ ਹਮੇਸ਼ਾ ਬੋਝ ਹੀ ਪਾਇਆ ਹੈ। ਜੇਕਰ ਅਕਾਲੀ ਦਲ ਵਾਕਈ ਪੰਜਾਬ ਦੇ ਲੋਕਾਂ ਦਾ ਇੰਨਾ ਹਿਮਾਇਤੀ ਹੁੰਦਾ, ਜੇਕਰ ਕਿਸਾਨਾਂ ਦੇ ਬਾਰੇ ਸੋਚਦਾ ਤਾਂ ਆਪਣੀ ਆਵਾਜ਼ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਦੇ ਵਿੱਚ ਜ਼ਰੂਰ ਬੁਲੰਦ ਕਰਦਾ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੁਲੰਦ ਕਰਦਾ, ਬੇਅਦਬੀਆਂ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਉਣ ਵਾਸਤੇ ਬੁਲੰਦ ਕਰਦਾ, ਨੌਜਵਾਨੀ ਦਾ ਨਸ਼ੇ ਨਾਲ ਹੋ ਰਹੇ ਕਾਂਡ ਉੱਤੇ ਕਾਰਜ ਕਰਦਾ, ਪਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਭਖਦੇ ਮੁੱਦਿਆਂ ਉੱਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਨੇ, ਹੋਰ ਕੁਝ ਵੀ ਨਹੀਂ ਕਰਦੀਆਂ। ਇਸ ਲਈ ਹਰ ਕਿਸੇ ਦਾ ਫਰਜ਼ ਬਣਦਾ ਹੈ ਕਿ ਇਸ ਵਾਰ ਪਾਰਟੀਬਾਜ਼ੀ, ਜਥੇਬਾਜ਼ੀ, ਧੜੇਬਾਜ਼ੀ ਤੋਂ ਉੱਤੇ ਉੱਠ ਕੇ ਆਗਾਮੀ ਚੋਣਾਂ ਦੇ ਵਿੱਚ ਹਰ ਇਨਸਾਨ ਆਪਣੀ ਵੋਟ ਦਾ ਇਸਤੇਮਾਲ ਕਰੇ ਅਤੇ ਸਿਰਫ ਉਸ ਸ਼ਖਸ ਨੂੰ ਜਿਤਾਵੇ ਜੋ ਵਾਕਈ ਹੀ ਇੱਕ ਚੰਗਾ ਇਨਸਾਨ ਹੈ, ਸਰਬੱਤ ਬਾਰੇ ਸੋਚਦਾ ਹੈ, ਸਰਬੱਤ ਦੇ ਭਲੇ ਦਾ ਧਿਆਨ ਰੱਖਦਾ ਹੈ, ਮਨੁੱਖੀ ਅਧਿਕਾਰਾਂ ਦਾ ਧਿਆਨ ਰੱਖਦਾ ਹੈ ਅਤੇ ਜੋ ਆਪਣੇ ਨਿੱਜਾਂ ਤੋਂ ਉੱਤੇ ਉੱਠ ਕੇ ਕੰਮ ਕਰਨਾ ਜਾਣਦਾ ਹੈ। ਫਿਰ ਉਹ ਵਿਅਕਤੀ ਚਾਹੇ ਕਿਸੇ ਵੀ ਪਾਰਟੀ, ਕਿਸੇ ਵੀ ਧੜੇਬੰਦੀ, ਕਿਸੇ ਵੀ ਜਥੇਬੰਦੀ ਦਾ ਕਿਉਂ ਨਾ ਹੋਵੇ। ਉਮੀਦ ਕਰਦੇ ਹਾਂ ਪੰਜਾਬ ਨੂੰ ਇਹਨਾਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਦਿਵਾਉਣ ਵਾਸਤੇ ਤੁਸੀਂ ਇਸ ਵਾਰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।